ਇਹ ਸੱਚ ਕਿਹੋ ਜਿਹਾ ਹੁੰਦਾ? ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ, ਮਿੱਟੀ ਚੁਗਦੀ ਫਸਲ ਸੱਚ ਹੈ, ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ। ਕੋਈ ਵੀ ਆਕੜ ਬੱਚਿਆਂ ਨੇੜੇ ਆਉਣ ਨਾ ਦਿੰਦੇ ਜੀ, ਨਾਮ ਦਾ ਗਹਿਣਾ ਮਨ ਆਪਣੇ ਚੋਂ ਲਾਉਣ ਨਾ ਦਿੰਦੇ ਜੀ, ਨਾਲ ਨਾਲ ਚੱਲਦੇ ਨੇਰਾ ਪਟਕਾਉਣ ਨਾ ਦਿੰਦੇ ਜੀ, ਸਤਿਗੁਰ ਪਿਆਰੇ ਦੀ ਪਾਲਕੀ ਦਾ ਬੂਹਾ ਖੋਲ ਰਹੇ, ਚਮਕ ਚਮਕ ਕੇ ਤਾਰੇ ਨਾਨਕ ਨਾਨਕ ਬੋਲ ਰਹੇ, ਚਮਕ ਚਮਕ ਕੇ ਤਾਰੇ ਨਾਨਕ ਨਾਨਕ ਬੋਲ ਰਹੇ, ਇਹ ਚਾਨਣ ਦੇ ਬਣ ਜਾ ਰੇ ਜੋ ਵੇਖਣ ਦੇ ਵਿੱਚ ਇੱਕ ਲੱਗਦੇ, ਮੈਨੂੰ ਚਿੱਟੇ ਚਿੱਟੇ ਤਾਰੇ ਗੁਰੂ ਨਾਨਕ ਜੀ ਦੇ ਸਿੱਖ ਲੱਗਦੇ, ਮੈਨੂੰ ਚਿੱਟੇ ਚਿੱਟੇ ਤਾਰੇ ਗੁਰੂ ਨਾਨਕ ਜੀ ਦੇ ਸਿੱਖ ਲੱਗਦੇ, ਚਾਨਣ ਦੀ ਟਕਸਾਲ ਹੈ ਜਿੱਥੇ ਵਜਦਾਨ ਹੱਦ ਨਾ ਜੀਓ, ਨਾਨਕ ਆਦ ਜੁਗਾ ਜੀਓ, ਨਾਨਕ ਆਦ ਜੁਗਾ ਜੀਓ, ਜਦੋਂ ਹਨੇਰਾ ਫੈਲਣ ਲੱਗਦਾ ਹੋ ਜਾਂਦੇ ਪ੍ਰਕਾਸ਼ਮਈ, ਔਖੇ ਵੇਲੇ ਜੁੜ ਜਾਂਦੇ ਨੇ ਸਰਬ ਸਾਂਝੀ ਅਰਦਾਸ ਲਈ, ਔਖੇ ਵੇਲੇ ਜੁੜ ਜਾਂਦੇ ਨੇ ਸਰਬ ਸਾਂਝੀ ਅਰਦਾਸ ਲਈ, ਇਹ ਜਾਤ ਪਾਤ ਤੋਂ ਉੱਤੇ ਤੇ ਆਪਸ ਵਿੱਚ ਇੱਕ ਮਿੱਕ ਲੱਗਦੇ, ਇਹ ਚਿੱਟੇ ਚਿੱਟੇ ਤਾਰੇ ਗੁਰੂ ਨਾਨਕ ਜੀ ਦੇ ਸਿੱਖ ਲੱਗਦੇ, ਇਹ ਚਿੱਟੇ ਚਿੱਟੇ ਤਾਰੇ ਗੁਰੂ ਨਾਨਕ ਜੀ ਦੇ ਸਿੱਖ ਲੱਗਦੇ, ਅਸੀਂ ਹੀ ਭੁੱਲੇ ਭਟਕੇ ਹਾਂ ਉਸ ਨੂੰ ਹੈ ਸਭ ਯਾਦ ਜੀਓ, ਨਾਨਕ ਆਦ ਜੁਗਾ ਜੀਓ, ਨਾਨਕ ਆਦ ਜੁਗਾ ਜੀਓ, ਜਦੋਂ ਪਹਿਰ ਵੈਰਾਗ ਜਿਹਾ ਕੋਈ ਅੰਦਰੇ ਅੰਦਰ ਰਿਸਦਾ ਹੈ,
ਮੈਨੂੰ ਹਰ ਇੱਕ ਚੀਜ਼ ਦੇ ਉੱਤੇ ਨਾਨਕ ਲਿਖਿਆ ਦਿਸਦਾ ਹੈ। ਮੈਨੂੰ ਹਰ ਇੱਕ ਚੀਜ਼ ਦੇ ਉੱਤੇ ਨਾਨਕ ਲਿਖਿਆ ਦਿਸਦਾ ਹੈ। ਤੇਰੀ ਮਿਹਰ ਨੇ ਅੰਮ੍ਰਿਤ ਕਰ ਦੇਣੇ ਜੋ ਆਵਾ ਗਾਉਣ ਚ ਬਿਖ ਲੱਗਦੇ। ਇਹ ਚਿੱਟੇ ਚਿੱਟੇ ਤਾਰੇ ਗੁਰੂ ਨਾਨਕ ਜੀ ਦੇ ਸਿੱਖ ਲੱਗਦੇ। ਇਹ ਚਿੱਟੇ ਚਿੱਟੇ ਤਾਰੇ ਗੁਰੂ ਨਾਨਕ ਜੀ ਦੇ ਸਿੱਖ ਲੱਗਦੇ। ਹਰ ਜੀਵ ਦੀ ਮੰਜ਼ਿਲ ਕੋਈ ਹੈ ਰਸਤਾ ਗੁਰ ਪ੍ਰਸਾਦ ਜੀਓ ਨਾਨਕ ਆਦ ਜੁਗਾ ਜੀਓ ਨਾਨਕ ਆਦ ਜੁਗਾ ਜੀਓ ਨਾਨਕ ਆਦ ਜੁਗਾ ਜੀਓ ਨਾਨਕ ਆਦ ਜੁਗਾ ਜੀਓ। ਸੰਗਤ ਦੇ ਵਿੱਚ ਬੈਠ ਕੇ ਜਪੀਏ ਨਾਮ ਤੇਰਾ ਸਮਰੱਥ ਬਾਬਾ। ਤੂੰ ਹੀ ਸਿਰਜਣ ਮੇਟਣ ਵਾਲਾ ਸਭ ਕੁਝ ਤੇਰੇ ਹੱਥ ਬਾਬਾ ਸਭ ਕੁਝ ਤੇਰੇ ਹੱਥ ਬਾਬਾ। ਤੂੰ ਹੀ ਸੱਚਾ ਬਾਬਲ ਹੈ ਸਭ ਤੇਰੀ ਹੀ ਔਲਾਦ ਜੀਓ ਨਾਨਕ ਆਦ ਜੁਗਾ ਜੀਓ ਨਾਨਕ ਆਦ ਜੁਗਾ ਜੀਓ ਨਾਨਕ ਆਦ ਜੁਗਾ ਜੀਓ ਨਾਨਕ ਆਦ ਜੁਗਾਦ ਜੀਓ। ਨਾਨਕ ਜੀ 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 ਨਾਨਕ ਜੀ। ਵੇਈਂ ਵਿੱਚ ਚੁੱਭੀ ਮਾਰ ਕੇ ਤੰਦ ਛੇੜੀਏ ਓਂਕਾਰ ਦੀ ਵੇਈਂ ਵਿੱਚ ਚੁੱਭੀ ਮਾਰ ਕੇ ਤੰਦ ਛੇੜੀਏ ਓਂਕਾਰ ਦੀ। ਪੁਰਵਾਰ ਨੂੰ ਤੁਸੀਂ ਦੇ ਗਏ ਗੱਲ ਸ੍ਰਿਸ਼ਟੀਆਂ ਦੇ ਪਾਰ ਦੀ। ਨਾਨਕ ਜੀ 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 ਨਾਨਕ ਜੀ। ਸਜਣ ਸੱਚਾ ਪਾਤਸ਼ਾਹੂ ਸ਼ਿਰਸ਼ਾਹਾਂ ਦਾ ਸ਼ਾਹੂ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇ ਸਾਹੂ। ਸਜਣ ਸੱਚਾ ਪਾਤਸ਼ਾਹੂ ਸ਼ਿਰਸ਼ਾਹਾਂ ਦਾ ਸ਼ਾਹੂ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵੀ ਸਾਹੂ। ਸਜਣ ਸੱਚਾ ਪਾਤਸ਼ਾਹੂ ਸ਼ਿਰਸ਼ਾਹਾਂ ਦਾ ਸ਼ਾਹੂ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵੀ ਸਾਹੂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਨੌਵਾਂ
ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨਾ। ਕਹੋ ਨਾਨਕ ਹਰ ਭਜ ਮਨਾ, ਜੇ ਬਿਦ ਜਲ ਕੋ ਮੀਨਾ। ਵੇਖਿਆ ਨ ਸਿਉ ਕਾਹੇ ਰਚਿਉ, ਨਿਮਕ ਨ ਹੋਏ ਉਦਾਸ। ਕਹੋ ਨਾਨਕ ਭਜ ਹਰ ਮਨਾ, ਪਰ ਨ ਜਮ ਕੀ ਪਾਸ। ਹਰ ਨਾਮੋ ਉਹੀ ਗਇਓ, ਲਿਓ ਜਰਾ ਤਨ ਜੀਤਾ। ਕਹੋ ਨਾਨਕ ਇਹ ਬਿਪਤ ਮੈਂ ਏਕ ਏਕ ਰਘੁਨਾਥ। ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦਾ। ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰ ਮੰਤਰ। ਰਾਮ ਨਾਮ ਉਰ ਮੈਂ ਗਹਿਓ, ਜਾ ਕੇ ਸਮ ਨਹੀਂ ਕੋਈ। ਜਿਹ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਏ। ਰਾਮ ਨਾਮ ਉਰ ਮੈਂ ਗਹਿਓ, ਜਾ ਕੇ ਸਮ ਨਹੀਂ ਕੋਈ। ਦੇਹ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਏ। ਮੁੰਦਾਵਨੀ ਮਹੱਲਾ ਪੰਜਵਾ, ਥਾਲ ਵਿੱਚ ਤਿਨਾ ਵਸ ਤੂੰ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾ, ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੀ ਸਹਾਏ।
ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਆਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜੇ ਦਿੱਤੇ ਸਬਦ ਖੁਜਾਏ ਤੇਗ ਬਹਾਦਰ ਸਿਮਰੀਏ ਘਰ ਨੌਣ ਤੇ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਖਾਲਸਾ ਸਾਹਿਬ ਦੇ ਬੋਲਣਾ ਜੀ ਸ੍ਰੀ ਗੁਰੂ ਸਾਹਿਬ ਜੀ ਕੇ ਚਾਰ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਸਾਹਿਬਜ਼ਾਦਾ ਜੁਲਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਪੰਜੋ ਪਿਆਰਿਓ ਚਾਲੀਓ ਮੁਕਤਿਓ ਹੜਿਓ ਜਪਿਓ ਤਪਿਓ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਸਾਹਿਬ ਜੀ ਬੋਲਣਾ ਜੀ ਸ੍ਰੀ ਜਿਨ੍ਹਾਂ ਸਿੰਘਾਂ ਸਿੰਘੀਆਂ ਨੇ ਧਰਮ ਏ ਸਿੱਧ ਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਜੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਾ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਸਾਹਿਬ ਜੀ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲਣਾ ਜੀ ਸ੍ਰੀ ਲਾ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਦੇ ਮਹਾਂਵਾਕਾਂ ਅਨੁਸਾਰ ਆਪ ਜੀ ਕੇ ਦਰ ਕਰਦੇ ਪ੍ਰੀਤ ਵਾਲ ਸਰਦਾਰ ਭੁਪਿੰਦਰ ਸਿੰਘ ਤਿੰਨਾਂ ਦੀ ਧਰਮ ਸਪਤਨੀ ਸੁਮਨਦੀਪ ਕੌਰ ਤਿੰਨਾਂ ਦਾ ਕਾਕਾ ਅਮਿਤੋਜ ਸਿੰਘ ਮਹਾਰਾਜ ਜੀਓ ਸਾਰੇ ਹੀ ਪਰਿਵਾਰ ਨੂੰ ਮਹਾਰਾਜ ਜੀ ਆਪ ਜੀ ਨੇ ਰਹਿਮਤਾਂ ਬਖਸ਼ਿਸ਼ਾਂ ਕਰਕੇ ਮਹਾਰਾਜ ਜੀ ਨਵੇਂ ਘਰ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ ਹਨ ਆਪ ਜੀ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਸਿਵ ਪਰਿਵਾਰਾਂ ਨੇ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਜਾਪ ਆਰੰਭ ਕਰਵਾਏ ਸੀ ਮਹਾਰਾਜ ਜੀ ਅੱਜ ਆਪ ਜੀ ਕੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ ਮਹਾਰਾਜ ਜੀਓ ਆਪ ਜੀ ਕੀ ਗੁਰਬਾਣੀ ਆਦਿ ਤੋਂ ਮੱਧ ਮੱਧ ਤੋਂ ਸੰਪੂਰਨ ਮਹਾਰਾਜ ਜੀ ਭੋਗ ਪਾਏ ਗਏ ਹਨ ਆਪ ਜੀ ਕੀ ਗੁਰਬਾਣੀ ਦੇ ਜਾਪ ਕਰਦੇ ਹਾਂ ਭੋਗ ਪਾਉਂਦੇ ਹਾਂ ਆਪ ਜੀ ਦੇ ਪਾਠੀ ਸਿੰਘਾਂ ਤੋਂ ਮਹਾਰਾਜ ਜੀ ਏਕ ਨੇ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸੁਣ ਕੇ ਮਾਫ ਕਰਨਾ ਅਗਾਂਹ ਤੋਂ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੇ ਬਲ ਉਦਮ ਬਖਸ਼ਿਸ਼ ਕਰਨੇ ਕਿਰਪਾ ਕਰਨੀ ਰਹਿਮਤ ਬਖਸ਼ਿਸ਼ ਕਰਨੀ ਮਹਾਰਾਜ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਹੋਈਆਂ ਸੰਗਤਾਂ ਪਰਿਵਾਰ ਦਾਸਾਂ ਤੇ ਹਿਰਦਿਆਂ ਤੇ ਵਸਾਵਣਾ ਕਿਰਪਾ ਕਰਨੀ ਰਹਿਮਤ ਬਖਸ਼ਿਸ਼ ਕਰਨੀ ਮਹਾਰਾਜ ਜੀਓ ਜੋ ਆਪ ਜੀ ਨੇ ਸਿੱਖ ਪਰਿਵਾਰਾਂ ਨੂੰ ਨਵੇਂ ਗ੍ਰਹਿ ਬਖਸ਼ਿਸ਼ ਕੀਤੇ ਹਨ ਘਰ ਸੁਹਾਵਣੇ ਬਖਸ਼ਿਸ਼ ਕਰਨੇ ਘਰ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਸਿੱਖੀ ਨਾਮ ਨਾਲ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨਾ ਬਾਣੀ ਬਾਣੇ ਨਾਲ ਜੋੜ ਕੇ ਰੱਖਣਾ ਸਾਰੇ ਹੀ ਪਰਿਵਾਰ ਵਿੱਚ ਪ੍ਰੇਮ ਪਿਆਰ ਇਤਫਾਕ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਬੱਚੇ ਬੱਚਿਆਂ ਨੂੰ ਲੰਮੀ ਉਮਰਾਂ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਮਾਪਿਆਂ ਦੇ ਆਗਿਆਕਾਰੀ ਬਣਾਉਣਾ ਬਾਣੀ ਬਾਣੇ ਨਾਲ ਜੋੜ ਕੇ ਰੱਖਣਾ ਕਾਮ ਕ੍ਰੋਧ ਲੋਭ ਅਹੰਕਾਰ ਚੁਗਲੀ ਨਿੰਦਿਆ ਤੋਂ ਹੱਥ ਦੇ ਕੇ ਬਚਾਵਣਾ ਸਿਵ ਪਰਿਵਾਰਾਂ ਨੂੰ ਆਪਣੀ ਭਜਨ ਬੰਦਗੀ ਦਾ ਪ੍ਰਤਾਪ ਬਖਸ਼ਿਸ਼ ਕਰਨਾ ਅੰਮ੍ਰਿਤ ਵੇਲੇ ਦੇ ਜਾਗਣੇ ਨਿਤਨੇਮ ਗੁਰਬਾਣੀ ਨਾਲ ਜੋੜ ਕੇ ਰੱਖਣਾ ਕਿਰਪਾ ਕਰਨੀ ਰਹਿਮਤ ਬਖਸ਼ਿਸ਼ ਕਰਨੀ ਮਹਾਰਾਜ ਜੀ ਭੋਗ ਦੀਆਂ ਖੁਸ਼ੀਆਂ ਨੂੰ ਜਾਣਦੇ ਹੋਏ ਆਪ ਜੀ ਕੇ ਸਿਹਤ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾਏ ਗਏ ਆਪ ਜੀ ਨੇ ਅੰਗੀਕਾਰ ਕੀਤੇ ਪਰਿਵਾਰ ਦੇ ਲੋਭ ਪ੍ਰਲੋਭ ਚ ਪੜਦੇ ਟੱਕਣੇ ਲੱਜ ਪੱਤ ਰੱਖਣੀ ਮਹਾਰਾਜ ਜੀ ਬੇਅੰਤੀ ਸੰਗਤਾਂ ਵੱਲੋਂ ਪਰਿਵਾਰ ਵੱਲੋਂ
ਆਪ ਜੀ ਨੂੰ ਦਰਸ਼ਨੀ ਭੇਟਾ ਮਾਇਆ ਦੇ ਗੱਫੇ ਹਾਜ਼ਰ ਕੀਤੇ ਗਏ ਹਨ। ਜਿਨ੍ਹਾਂ ਖਜ਼ਾਨਿਆਂ ਵਿੱਚ ਮਾਇਆ ਹਾਜ਼ਰ ਹੈ, ਸੋ ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ, ਸਿਵ ਪਰਿਵਾਰਾਂ ਦੇ ਕਾਰੋਬਾਰ ਵਿੱਚ ਵਾਧੇ ਬਖਸ਼ਿਸ਼ ਕਰਨੇ, ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਿਸੇ ਪ੍ਰਕਾਰ ਦੀ ਕੋਈ ਤੋਟ ਨਹੀਂ ਆਉਣ ਦੇਣੀ, ਪਰਿਵਾਰ ਦੀ ਦੇਸ਼ਾਂ ਆਮ ਦੇਸ਼ਾਂ ਵਿੱਚ ਚੜ੍ਹਦੀ ਕਲਾ ਕਰਨੀ, ਸਦਾ ਅੰਗ ਸੰਗ ਸਹਾਈ ਹੋ ਕੇ ਸਹਾਇਤਾ ਬਖਸ਼ਿਸ਼ ਕਰਨੀਆਂ। ਮਹਾਰਾਜ ਜੀ ਆਪ ਜੀ ਕੇ ਸਿਵ ਪਰਿਵਾਰਾਂ ਵੱਲੋਂ ਬਖਸ਼ੇ ਹੋਏ ਪਦਾਰਥਾਂ ਵਿੱਚੋਂ ਅੰਮ੍ਰਿਤ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਹਾਜ਼ਰ ਹੈ, ਆਪ ਜੀ ਕਰੋ ਕਿਰਪਾ, ਭੋਗ ਲਗਾਓ, ਭੋਗ ਲਗਾ ਪ੍ਰਸ਼ਾਦ ਸਭਾ ਸਰ ਸ਼ਕੇ ਜੋ ਸ਼ਕਿਆ ਇਹਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ 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 ਜਪੇ ਮਹਾਰਾਜ ਜੀਓ। ਪਰਸੋਂ ਰੋਜ਼ ਤੋਂ ਆਪ ਜੀ ਕੇ ਸਿੱਖ ਪਰਿਵਾਰਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਦੀ ਪਾਠੀ ਸਿੰਘਾਂ ਦੀ ਬੜੀ ਚੜ੍ਹਦੀ ਕਲਾ ਨਾਲ ਜਲ ਪਾਣੀ ਰਾਹੀਂ ਸੇਵਾਵਾਂ ਕੀਤੀਆਂ ਗਈਆਂ ਹਨ। ਜੋ ਜੋ ਮਨ ਦੀਆਂ ਭਾਵਨਾ ਨਾਲ ਆਪ ਜੀ ਕੇ ਸਿੱਖ ਪਰਿਵਾਰਾਂ ਨੇ ਆਈ ਹੋਈ ਸੰਗਤਾਂ ਦੀ ਪਾਠੀ ਸਿੰਘਾਂ ਦੀ ਸੇਵਾ ਕੀਤੀ ਹੈ, ਸੋ ਸੋ ਮਨ ਦੀਆਂ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ, ਕਿਰਪਾ ਕਰਨੀ, ਇਸੇ ਤਰ੍ਹਾਂ ਹੀ ਸਿੱਖ ਪਰਿਵਾਰਾਂ ਨੂੰ ਸੇਵਾ ਕਰਨ ਦੇ ਬਲ ਉਦੋਂ ਬਖਸ਼ਿਸ਼ ਕਰਨੀ, ਇਸੇ ਤਰ੍ਹਾਂ ਹੀ ਆਪਣੇ ਚਰਨਾਂ ਕਮਲਾਂ ਦਾ ਪ੍ਰੇਮ ਪਿਆਰ ਓਟ ਆਸਰਾ ਬਖਸ਼ਦੇ ਰਹਿਣਾ, ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ। ਮਹਾਰਾਜ ਜੀ ਉਹ ਹੁਣ ਆਪ ਜੀ ਕਰੋ ਕਿਰਪਾ, ਸੰਗਤਾਂ ਨੂੰ ਹੁਕਮਨਾਮੇ ਬਖਸ਼ਿਸ਼ ਕਰੋ, ਉਸ ਤੋਂ ਉਪਰੰਤ ਮਹਾਰਾਜ ਜੀ ਖੁੱਲ੍ਹੇ ਪੰਡਾਲਾਂ ਵਿੱਚ ਦੀਵਾਨ ਸਜਾਉਣ ਦੇ ਬਲ ਉਦਮ ਬਖਸ਼ਿਸ਼ ਕਰੋ, ਐਸੇ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਜੀ ਦਾ ਨਾਮ ਦਿੱਤਾ ਗੁਰੂ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੁਹੇ ਬਨ ਆਵੈ, ਧਰਮ ਸੰਬੰਨੇ ਖੜ ਰਤਨ ਜੁੜਾਵੀ, ਹਰ ਪ੍ਰੇਮ ਪੁਰਖ ਮਨ ਮੁਠਾ, ਸਭੇ ਕਾਜ ਸੁਹਿਣੇ ਥੀਏ, ਗੁਰ ਨਾਨਕ ਸਤਿਗੁਰ ਤੁਠਾ, ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਈ, ਦਰਸਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਹੋਵੈ ਸਿਫਤ ਕਸਾਮ ਦੀ, ਮੁਰਿਆ ਸੋਹੋ ਗੁਰ ਸੋਹੋ ਤੁਦ ਡਿਠੇ ਸੱਚੇ ਪਾਤ ਸਾਮਦ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੋਰਠ ਮਹੱਲਾ ਪੰਜਵਾ, ਗੁਰਪੂਰਾ ਭੇਟਿਓ ਵੱਡ ਭਾਗੀ, ਮਨਹੀ ਪਿਆ ਪਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ, ਗੁਰਪੂਰਾ ਭੇਟਿਓ ਵੱਡ ਭਾਗੀ, ਮਨਹੇ ਭਇਆ ਪਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ, ਆਪਣੇ ਸਤਿਗੁਰ ਕੈ ਬਨਹਾਰਾ,
ਆਗੈ ਸੁਖ ਪਾਥੇ ਸੁਖ ਸਹਜਾ ਕਰ ਆਨੰਦ ਹਮਾਰਾ ਰਹਾਉ ਅੰਤਰ ਜਾਮੀ ਕਰਨੈ ਹਾਰਾ ਸੋਈ ਖਸਮ ਹਮਾਰਾ ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀ ਹੋਵਣ ਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੀ ਨਾਨਕ ਕਉ ਗੁਰ ਪੂਰਾ ਭੇਟਿਓ ਸਗਲੇ ਦੁਖ ਬਿਨਾਸੀ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੀ ਨਾਨਕ ਕਉ ਗੁਰ ਪੂਰਾ ਭੇਟਿਓ ਸਗਲੇ ਦੁਖ ਬਿਨਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਭ ਕਰਾਂਗੇ ਪਲਾਂ ਦੇ ਪੰਤਾਰੇ ਵਰਤ ਦੋ ਤਮਵਾਸ
ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜੇ ਡਿਟੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਏ ਘਰ ਨਾਉਣ ਦੇ ਆਵੇ ਧਾਰੇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਸਾਹਿਬ ਜੀ ਬੋਲਣਾ ਜੀ ਸ੍ਰੀ ਗੁਰੂ ਸਾਹਿਬ ਜੀ ਕੇ ਚਾਰ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਪੰਜੋ ਪਿਆਰਿਓ ਚਾਲੀਓ ਮੂਰਤੀਓ ਹਟਿਓ ਜਪਿਓ ਤਪਿਓ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੀ ਗਵਾਹੀ ਦੇਖ ਕੇ ਅਰਪਣ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਸਾਹਿਬ ਜੀ ਬੋਲਣਾ ਜੀ ਸ੍ਰੀ ਜਨਾਬ ਸਿੰਘਾਂ ਸਿੰਘ ਨਿਆਣੇ ਧਰਮ ਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਆਦਿਆਂ ਨਾਲ ਚਰਾਏ ਗਏ ਗੁਰਦੁਆਰਾ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਸਾਹਿਬ ਜੀ ਬੋਲਣਾ ਜੀ ਸ੍ਰੀ ਪੰਜਾਬ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲਣਾ ਜੀ ਸ੍ਰੀ ਪ੍ਰਸਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੇ ਚਿਤਾਵਣ ਕਾ ਸਦਕਾ ਸਭ ਸੁਖ ਹੋਏ ਦਾਨ ਹੈ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆਇਤ ਦੇਖ ਕੇ ਫਤਿਹ ਬਿਰਦ ਕੀ ਪੈ ਭਗਤ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸ੍ਰੀ ਸਿਖਾ ਗੁਰੂ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਹਾਰ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲਣਾ ਜੀ ਸ੍ਰੀ ਪਰਿਵਾਰ ਵੱਲੋਂ ਆਪ ਜੀ ਨੂੰ ਦਰਸ਼ਨੀ ਭੇਟਾ ਮਾਇਆ ਦੇ ਗੱਫੇ ਹਾਜ਼ਰ ਕੀਤੇ ਗਏ ਹਨ ਰਾਗੀ ਸਿੰਘਾਂ ਦੇ ਸਤਿਕਾਰ ਵਜੋਂ ਮਹਾਰਾਜ ਜੀ ਮਾਇਆ ਦੇ ਗੱਫੇ ਹਾਜ਼ਰ ਕੀਤੇ ਗਏ ਹਨ ਜਿਨ੍ਹਾਂ ਖਜ਼ਾਨਿਆਂ ਵਿੱਚੋਂ ਮਾਇਆ ਹਾਜ਼ਰ ਹੈ ਸੋ ਖਜ਼ਾਨੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਸਿਵ ਪਰਿਵਾਰਾਂ ਦੇ ਕਾਰੋਬਾਰ ਵਿੱਚ ਵਾਧੇ ਬਖਸ਼ਿਸ਼ ਕਰਨੇ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਿਸੇ ਪ੍ਰਕਾਰ ਦੀ ਕੋਈ ਓਟ ਨਹੀਂ ਆਉਣ ਦੇਣੀ ਦੇਸ਼ਾਂ ਦੇਸ਼ਾਂ ਵਿੱਚ ਪਰਿਵਾਰ ਦੀ ਰੱਖਿਆ ਕਰਨੀ ਸਦਾ ਅੰਗ ਸੰਗ ਰਹਿ ਕੇ ਸਹਾਈ ਹੋ ਕੇ ਮਹਾਰਾਜ ਸਹਾਇਤਾ ਬਖਸ਼ਿਸ਼ ਕਰਨੀ ਆਪ ਜੀ ਕੇ ਸਿਵ ਪਰਿਵਾਰਾਂ ਵੱਲੋਂ ਬਖਸ਼ੇ ਹੋਏ ਪਦਾਰਥਾਂ ਵਿੱਚੋਂ ਅੰਮ੍ਰਿਤ ਕੜਾਹ ਪ੍ਰਸ਼ਾਦੀਆਂ ਦੇਗਾ ਹਾਜ਼ਰ ਹੈ ਆਪ ਜੀ ਕਰੋ ਕਿਰਪਾ ਭੋਗ ਲਗਾਓ ਭੋਗ ਲਗਾ ਪ੍ਰਸ਼ਾਦ ਸਰਬਾ ਸੰਗ ਛਕੇ ਜੋ ਛਕਿਆ ਇਹਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ 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 ਮਹਾਰਾਜ ਜੀ ਜਿਨ੍ਹਾਂ ਖਜ਼ਾਨੇ ਜੋ ਅੰਮ੍ਰਿਤ ਕੜਾਹ ਪ੍ਰਸ਼ਾਦੀਆਂ ਦੇਗਾ ਹਾਜ਼ਰ ਨੇ ਸੋ ਖਜ਼ਾਨੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਮਹਾਰਾਜ ਜੀ ਆਪ ਜੀ ਕੇ ਸਿਹਤ ਪਰਿਵਾਰਾਂ ਵੱਲੋਂ ਪਰਸੋਂ ਰੋਜ਼ ਤੋਂ ਹੁਣ ਤੱਕ ਮਹਾਰਾਜ ਜੀ ਆਈਆਂ ਹੋਈਆਂ ਸੰਗਤਾਂ ਦੀ ਪਾਠੀ ਸਿੰਘਾਂ ਦੀ ਰਾਗੀ ਸਿੰਘਾਂ ਦੀ ਬੜੀ ਚੜ੍ਹਦੀ ਕਲਾ ਨਾਲ ਸੇਵਾਵਾਂ ਕੀਤੀਆਂ ਗਈਆਂ ਜੋ ਜੋ ਮਨ ਦੀਆਂ ਭਾਵਨਾ ਨਾਲ ਆਪ ਜੀ ਕੇ ਸਿਹਤ ਪਰਿਵਾਰਾਂ ਨੇ ਸਾਰੀਆਂ ਸੇਵਾਵਾਂ ਨਿਭਾਈਆਂ ਹਨ ਸੋ ਸੋ ਮਨ ਦੀਆਂ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ ਕਿਰਪਾ ਕਰਨੀ ਰਾਮ ਤੋਂ ਬਖਸ਼ਿਸ਼ ਕਰਨੀ ਅਗਾਂਹ ਤੋਂ ਸੁੱਧ ਸਪਿੱਟ ਸੇਵਾ ਕਰਨ ਦੇ ਬਲ ਉਦਮ ਬਖਸ਼ਿਸ਼ ਕਰਨੇ ਮਹਾਰਾਜ ਜੀ ਇਸੇ ਤਰ੍ਹਾਂ ਹੀ ਸਿਹਤ ਪਰਿਵਾਰਾਂ ਨੂੰ ਆਪਣੇ ਦਰੋਂ ਘਰੋਂ ਨਾਮ ਦਾਨ ਦੀਆਂ ਦਾਤਾਂ ਸੇਵਾ ਸਿਮਰਨ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ ਮਹਾਰਾਜ ਜੀ ਹੁਣ ਆਪ ਜੀ ਕਰੋ ਕਿਰਪਾ ਸੰਗਤਾਂ ਨੂੰ ਹੁਕਮਨਾਮੇ ਬਖਸ਼ਿਸ਼ ਕਰੋ ਹੁਕਮਨਾਮੇ ਚੱਲਣ ਦੀ ਸਮਰੱਥਾ ਬਖਸ਼ੋ ਐਸੇ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਦਿੱਤਾ ਹੈ ਗੁਰੂ ਨਾਨਕ ਨਾਮ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਜੀ ਸਤਿਗੁਰੂ ਜੀ ਮਿਰਤਾ ਹਰ ਕਰਿਓ ਦਲਿਓ ਸਬਦ ਅਦੇਸਾ ਕਾਰਜ ਸਗਲ ਅਰੰਭਿਓ ਘਰ ਕਾ ਠਾਕੁਰ ਕਾ ਪਾਰੋਸਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਅਹਸ ਸਹਿਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋ ਗੈ ਸਿਫਤ ਕਸਾਮਦੀ ਮੂਰਿਅਰ ਸੋਹ ਗੁਰ ਸੁਹ ਚੱਟੀਐ ਤੁਦ ਬਿਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੇ ਕਟਿਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹਲਾ ਪਹਿਲਾ ਕਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੀ ਦੀਤੜਾ ਲੱਭ ਰੰਗਾਏ ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉਂ ਧਨ ਸਿਜੈ ਜਾਏ ਇਹੋ ਤਨ ਮਾਇਆ ਪਾਹਿਆ ਪਿਆਰੀ ਦੀਤੜਾ ਲੱਭ ਰੰਗਾਏ ਮੇਰਾ ਅੰਤ ਨਾ ਭਾਵੈ ਚੋਲੜਾ ਪਿਆਰੇ ਕਿਉਂ ਧਨ ਸਿਜੈ ਜਾਏ ਹਾਂ ਕੁਰਬਾਨੈ ਜਾਉ ਮਿਹਰਬਾਨਾ ਹਾਂ ਕੁਰਬਾਨੈ ਜਾਉ ਹਾਂ ਕੁਰਬਾਨੈ ਜਾਉ ਤਨਾ ਕੈ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਨਾ ਕੈ ਹਉ ਸਦ ਕੁਰਬਾਨੈ ਜਾਉ ਰਹਾ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਐ ਨਾਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਨਾ ਕੈ ਪਾਸ ਤੂੜ ਤਨਾ ਕੀ ਜੇ ਮਿਲੈ ਜੀ ਕਹਾਂ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਕਰਮ ਨਾਮੇ ਸੋਨਿਹਾਲ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਤੀ ਤਨ ਹੋਈ, ਤਨ ਹੋਏ ਅੰਬਰ, ਸਭੇ ਦੁੱਖ ਮੁੱਕੇ, ਸੱਚੇ ਪਾਤਸ਼ਾਹ ਜੀ ਹੱਥ ਬੰਨਦੇ ਆਂ, ਮੱਥਾ ਟੇਕਦੇ ਆਂ, ਤੁਸੀਂ ਆਣ ਟੁੱਕੇ, ਸੱਚੇ ਪਾਤਸ਼ਾਹ ਜੀ ਹੇਠਾਂ ਚਾਨਣ ਦਾ ਦਰਿਆ ਵਗੇ, ਉੱਤੋਂ ਮਿਹਰ ਦਾ ਬਰਸੇ ਮੇਘ ਬਾਬਾ, ਜਿਨ੍ਹਾਂ ਥਾਵਾਂ ਤੇ ਪਾਏ ਪੈਰ ਤੁਸੀਂ, ਉੱਥੇ ਅੱਜ ਵੀ ਵਰਤੇ ਦੇਗ ਬਾਬਾ। ਪਾਰ ਨਾਨਕ, ਪਾਰ ਨਾਨਕ, ਸਭ ਥਾਂ ਇੱਕ ਓਂਕਾਰ ਨਾਨਕ, ਪਾਰ ਨਾਨਕ, ਪਾਰ ਨਾਨਕ, ਸਭ ਥਾਂ ਇੱਕ ਓਂਕਾਰ ਨਾਨਕ। ਚਸ਼ਮਾਏ ਤੂੰ ਰੋਸ਼ਨੀਆਂ ਦੀ ਰੇਖਾਏ, ਇੱਕ ਤੇਰਾ ਹੀ ਦਰਬਾਰ ਸੱਚਾ, ਬਾਕੀ ਸਭ ਪਰਮ ਭੁਲੇਖਾਏ। ਤੇਰਾ ਸ਼ਬਦ ਸੁਣਾ ਵੈਰਾਗ ਹੋਵੇ, ਤਨ ਮਨ ਦੇ ਬਦਲਣ ਵੇਗ ਬਾਬਾ।